ਉਹ ਇਹ ਕਿੰਨਾ ਦੁੱਧ ਦਿੰਦੀ? 7 ਕਿਲੋ। 7 ਕਿਲੋ? ਇਹ ਨਸਲ ਕਿਹੜੀ ਆ? ਗੰਦੀ ਨਸਲ ਨਹੀਂ ਕਿਤੇ? ਹਾਂ ਜ਼ਖੋਤੀ ਹੁਣ ਹੈ ਬਹੂਆ, ਖੋਤੀ ਦੇ ਵਿੱਚ ਕਿੱਡਾ ਜ਼ਖਮ ਹੋਇਆ ਜੀ, ਯਾਰ ਜ਼ੁਲਮ ਆਉਣਾ। ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ? ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ। ਅੱਜ ਤੁਹਾਡਾ ਭਰਾ ਆਇਆ ਵਾ ਪਿੰਡ ਆਉਂਦੇ ਦੁੱਧ ਲੈਣ ਆ ਗਿਆ ਵਾ ਡੇਰੇ। ਉਹਨਾਂ ਨੇ ਭਾਈ ਤੋਰਤਾ, ਕਹਿੰਦੇ ਜਾਓ ਜਾ ਕੇ ਡੇਰਿਓਂ ਦੁੱਧ ਲੈ ਕੇ ਆਓ। ਸਾਰੇ ਮਸ਼ਹੂਰ ਸੀਗੇ ਅਤੇ ਉਹਨਾਂ ਨੇ ਮੈਨੂੰ ਭੇਜਤਾ। ਤੁਹਾਨੂੰ ਆਪਣੇ ਡੇਰੇ ਦੀ ਰੌਣਕ ਦਿਖਾਉਂਦੇ ਹਾਂ, ਜਿਹੜੀ ਬਿਲਕੁਲ ਹੌਲੀ ਹੌਲੀ ਖਤਮ ਹੋਈ ਜਾਂਦੀ ਆ। ਇੱਕ ਟਾਈਮ ਸੀਗਾ ਮੁੱਕਦੇ ਨਹੀਂ ਸੀ ਹੁੰਦੇ ਜਾਨਵਰ, ਮਾਸ਼ਾਅੱਲਾ ਇੰਨੇ ਹੁੰਦੇ ਸੀਗੇ। ਹੁਣ ਆਹ ਇੱਕ ਗਾਈ ਆ, ਆਹ ਮੱਝ ਆ, ਆਹ ਦੋ ਗਾਈਆਂ ਰਹਿ ਗਈਆਂ, ਆਹ ਦੋ ਬੱਚੇ ਆ ਵਛੜੇ। ਉਹ ਆਉਂਦਾ ਵਾ ਬਹੂ ਅਤੇ ਬਹੂ ਕੋਲੋਂ ਚਵਾਉਂਦੇ ਹਾਂ ਅਤੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਕਿ ਦੁੱਧ ਭਾਈ ਕਿੱਦਾਂ ਚੋਈਦਾ। ਲਓ ਜੀ ਬਹੂ ਵੀ ਆ ਗਿਆ। ਬਹੂ ਸੁਣਾ ਕੀ ਹਾਲ ਹੀ? ਠੀਕ ਬੰਨਾ ਕੀ ਸੀ? ਹਾਰ ਗਏ ਆ। ਬਹੂ ਨੇ ਚੋਣਾ ਦੁੱਧ? ਬਹੂ ਚੋਲਿਆ ਕਿ ਚੋਣਾ ਜੇ? ਅੱਛਾ ਆਹੋ, ਮੈਨੂੰ ਉਹਨਾਂ ਨੇ ਭਾਂਡੇ ਬਣ ਗਏ ਆ, ਭਾਂਡੇ ਦੇ ਕੇ ਉਹਨੇ ਭੇਜਤਾ, ਕਹਿੰਦੇ ਜਾ ਚਵਾ ਲਿਆ। ਇਹ ਮੈਂ ਕਾਲ ਕਰਕੇ ਪੁੱਛ ਲੈਂਦਾ, ਬਾਕੀ ਤੁਸੀਂ ਚੋ ਲਓ। ਚਲੋ ਵੰਡਾ ਪਾ ਲਿਆ, ਅੱਲਾ ਦਾ ਨਾਂ ਲੈ ਕੇ ਚੋਣਾ ਸ਼ੁਰੂ ਕਰੋ ਤੇ ਮੈਂ ਕਰਦਾ ਕਾਲ ਮਾਨਵੀ ਨੂੰ ਪੁੱਛ ਲੈਂਦਾ। ਪੁੱਛ ਲੈਂਦਾ ਮੈਂ ਦੋਧੀ ਦਾ ਹੁਣੇ। ਮੈਂ ਉੱਧਰ ਦੋਸਤ ਇੱਕ ਸੀ ਆਪਣਾ, ਉਹਨਾਂ ਖੜਾ ਗਪਸ਼ਾ ਮਾਰਨ ਦਿਆ ਸੀਗਾ। ਬਹੂ ਨੇ ਮਗਰੋਂ ਇੱਕ ਡੰਗਰ ਚੋਲਿਆ। ਚੱਲਦਾ ਹੁਣ ਮੈਂ ਤੁਹਾਨੂੰ ਦਿਖਾਉਂਦਾ ਆਹ ਦੋਧੀ ਦਾ ਦੁੱਧ ਚੋਣ ਲੱਗੇ ਨੇ। ਬਹੂ ਉਹ ਪਰਲੀ ਮੱਝ ਹੋਈ ਗਾਈ? ਬਹੂ ਕਿੰਨਾ ਦੁੱਧ ਦਿੰਦੀ ਭਲਾ? ਹੈਂ, ਇਹ 5 ਕਿਲੋ ਤੋਂ ਜ਼ਿਆਦਾ ਹੋਣਾ ਕਿ ਨਹੀਂ? 7-8 ਕਿਲੋ। 7-8 ਕਿਲੋ ਮਾਸ਼ਾਅੱਲਾ। ਆਹ ਝੋਲੀ ਆ ਬਹੂ ਨੇ ਅਤੇ ਆਹ ਛੱਡਣ ਲੱਗਾ ਬੱਚੀ ਇਹਦੇ ਥੱਲੇ। ਬਸ ਹੁਣ ਇਹ ਝੋਣੀ ਆ ਇਨਸ਼ਾਅੱਲਾ। ਓਏ ਓਏ, ਉਹ ਗੰਦ ਪਾਉਣ ਲੱਗੀ ਆ ਬਹੂ। ਬਹੂ ਇਹ ਕੀ ਕਰਾਤਾ ਜੀ? ਹੈਂ, ਬੰਦ ਕਰਕੇ ਨਾ। ਹਾਂ, ਇੱਕ ਜਗ ਦੁੱਧ ਆ ਇਹ ਪੜੀ ਕੋਈ ਪਾ। ਅੱਛਾ ਚਲੋ ਚਲੋ ਜੀ, ਪਾ ਲੈਂਦੇ ਹਾਂ ਦੁੱਧ। ਔਰ ਚੋ ਇੱਕ ਜਾਗ ਕੱਢ ਗਏ ਚ ਦੁੱਧ ਦਾ ਪਾਣਾ ਜੀ। ਬਹੂ ਓਏ, ਬਹੂ ਇਹ ਕਿੰਨਾ ਦੁੱਧ ਦਿੰਦੀ? 7 ਕਿਲੋ। 7 ਕਿਲੋ? ਇਹ ਨਸਲ ਕਿਹੜੀ ਆ? ਗੰਦੀ ਨਸਲ ਨਹੀਂ ਕਿਤੇ? ਨਾ ਚੰਗੀ ਨਾ ਮਾੜੀ ਹੈ। ਅੱਛਾ, ਪੂਰੀ ਜੀ ਨਸਲ? ਨਾ ਚੰਗੀ ਨਾ ਮਾੜੀ, ਪੂਰੀ ਜੀ ਨਸਲ। ਬਹੂ ਨੂੰ ਛੱਡਿਆ ਸੀ ਥੱਲੇ ਦੁੱਧ ਚੁੰਗਣ? ਉਹ ਨੂੰ ਤਾਂ ਹੀ ਚੋਣ ਲਿਆ। ਅੱਛਾ, ਇੱਕ ਧਾਰ ਮਾਰ ਹਾਂ ਬਹੂ ਦੇ ਮੂੰਹ ਵੱਲ ਕੱਢ ਕੇ ਉਹਦੇ ਮੂੰਹ ਵੱਲ। ਉਹਦੇ ਮੂੰਹ ਨਹੀਂ, ਉਹਨੇ ਗਾਣ ਧਾਰਨ ਦੇਈ ਦੀ। ਅੱਛਾ, ਫਿਰ ਉਹਨੂੰ ਆਪ ਚੁੰਗਲ ਆਪਣਾ ਫਿਰ। ਅੱਛਾ ਜੀ, ਮੱਝ ਨੂੰ ਪਾਈਦਾ ਵਾ? ਤੂੰ ਕਹਿਣ ਲੱਗ ਗਿਆ ਕਰ ਮੇਰੇ ਨਾਲ ਦੂਸਰੀ। ਲੈ ਕੌਣ? ਆਹੋ ਪੂਛਾ ਮਾਰ ਮਾਰ ਕੇ ਗੰਦ ਖਿਲਾਰੀ ਜਾਂਦੀ ਸਾਰਾ। ਚੁੱਕ ਕੇ ਰਹਿ ਵੀ ਜਾਵਾ? ਇੰਨਾ ਜ਼ੁਲਮ ਕਰਾਏਗਾ, ਇੰਨਾ ਭਾਰ ਚੁਕਾਏਗਾ, ਬਹੁ ਮਰਜ਼ੀ ਹੋਣਾ। ਬਸ ਦੋ ਗਾਈਆਂ ਜੋੜੀਆਂ, ਆ ਮੱਝ ਇਧਰ ਵਾਲੀ ਗਾਈ ਤੇ ਕਿਦੋਂ ਜੋੜੀਆਂ?
ਅੱਛਾ ਬਹੁ ਪੱਠੇ ਪਾਉਣ ਦਿਆ ਹੁਣ, ਪਾਤੇ ਪੱਠੇ ਸਾਰੇ ਪਾਤੇ ਪੱਠੇ ਪਾਤੇ ਵੀ ਪੱਠੇ। ਮੈਂ ਗੱਲਾਂ ਦੇ ਯਾਰੇ ਲੱਗ ਗਿਆ, ਬਹੁ ਨੇ ਦੋ ਚੋਹ ਕੇ ਦੱਸਤਾ ਮੈਨੂੰ, ਬਸ ਇੰਨੀਆਂ ਹੀ ਚੋਣੀਆਂ। ਦੁੱਧ ਲਿਆ ਵਾ ਬਹੁ ਨੇ, ਚੋ ਚੀਜ਼ਾਂ ਚੂਜ਼ਾਂ ਸਮੇਟਣ ਦਿਆ ਵਾ ਸਾਰੀਆਂ। ਆ ਰੇੜੀ ਕਹਿੰਦਾ ਇੱਥੋਂ ਕੱਢਣੀ ਆ ਬਸ, ਉਹ ਤੋਂ ਬਾਅਦ ਵਿਹਲਾ। ਬਹੁ ਕਹਿੰਦਾ ਮੈਂ ਵੀ ਜਾਣਾ ਤੁਹਾਡੇ ਨਾਲ ਪਿੰਡ। ਮੈਂ ਕਿਹਾ ਚੱਲ ਤੂੰ ਬਸ ਹੋ ਜਾ ਰੈਡੀ, ਫਿਰ ਚੱਲਦੇ ਹਾਂ। ਬਹੁ ਆਪਣਾ ਸਮੇਟ ਲਵੇ ਛਾਵਾਂ ਛੂਆਂ ਅਤੇ ਫਿਰ ਅਸੀਂ ਪਿੰਡ ਨਿਕਲ ਜਾਣਾ ਵਾ। ਪਿੰਡ ਜਾਣ ਤੋਂ ਪਹਿਲੇ ਤੁਹਾਨੂੰ ਇਕੱਲੀ ਇਕੱਲੀ ਗਾਈ ਵਹਾ ਦਿੰਦਾ ਵਾ, ਵੇਖ ਲਓ ਨਸਲਾਂ ਨੂੰ ਸਲਾਣੀ ਮੈਨੂੰ ਪਤਾ ਹੈ ਕਿਹੜੀਆਂ ਵਾ। ਇੱਕ ਆਹ ਵਾ, ਇਹ ਮਾਸ਼ਾਅੱਲਾ 7 ਤੋਂ 8 ਕਿਲੋ ਦੁੱਧ ਦਿੰਦੀ ਆ। ਦੂਸਰੀ ਆਹ ਵਾ, ਇਹਦਾ ਵੀ ਤਕਰੀਬਨ ਇੰਨਾ ਕੀ ਆ, 8 ਕੁ ਕਿਲੋ ਦੁੱਧ ਬਣਦਾ। ਆਹ ਮੱਝ ਸੂਣ ਵਾਲੀ ਆ, ਇਹਦਾ ਹੁਣ ਅੱਲਾ ਬਿਹਤਰ ਜਾਣਦਾ ਵਾ। ਮੈਂ ਬਹੁ ਨੂੰ ਪੁੱਛਿਆ ਨਹੀਂ ਹੈ ਕਿੰਨੇ ਕਿਲੋ ਅਤੇ ਕਿੰਨੇ ਕਿਲੋ ਅਤੇ ਕਿੰਨੇ ਕਿਲੋ ਸ ਕਿੰਨਾ ਸਿਰ ਦਿੰਦੀ ਦੁੱਧ। ਇੱਕ ਆਹ ਗਾਈ ਆ, ਇਹ ਵੀ ਸੂਣ ਵਾਲੀ ਆ, ਇਹਦਾ ਵੀ ਹਜੇ ਮੈਂ ਕੋਈ ਨਹੀਂ ਪੁੱਛਿਆ, ਇਹਦਾ ਮੈਂ ਪੁੱਛ ਲਵਾਂਗਾ ਬਾਅਦ 'ਚ। ਰਸਤੇ 'ਚ ਪੱਠੇ ਪੁੱਠੇ ਪਾ ਕੇ ਗਿਆ। ਹਾਂ ਕੀ ਆ, ਕੀ ਚਾਹੁੰਦੀ ਹੈ, ਹੈਂ ਕੀ ਚਾਹੁੰਦੀ ਕੀ ਚਾਹੁੰਦੀ? ਆਹ ਕਹਿੰਦੀ ਜੀ ਮੇਰੀ ਵੀਡੀਓ ਬਣਾਓ, ਮੇਰੀ ਵੀਡੀਓ ਬਣਾ ਮੇਰਾ ਮੂਡ ਬਣੇ। ਆਹ ਡਾਇਲੋਗ ਮਾਰਨਾ ਚਾਹੁੰਦੀ ਹੈ, ਹੈਂ ਪੱਠੇ ਪਾ ਗਿਆ ਵਾ ਅਤੇ ਬਸ ਬਹੁ ਆਉਂਦਾ ਵਾ ਅਤੇ ਫਿਰ ਅਸੀਂ ਨਿਕਲੀਏ ਪਿੰਡ ਨੂੰ। ਆਹ ਪਾਣੀ ਪੂਣੀ ਵਾਸਤੇ ਜਗ੍ਹਾ ਬਣਾਈ ਆ, ਉਹ ਬਹੁ ਵੀ ਆ ਹੀ ਗਿਆ। ਬਹੁ ਬਹੁ ਖੋਤੀ ਲੈ ਆਇਆ ਜੇ, ਹਾਂ ਜ਼ਾ ਖੋਤੀ ਹੁਣ, ਹੈਂ ਬਹੁ ਆ ਖੋਤੀ ਦੇ ਵਿੱਚ ਕਿੱਡਾ ਜ਼ਖਮ ਹੋਇਆ ਜੀ। ਕਿਉਂ ਤੇ ਰੇੜੀ ਕੁਝ ਨਹੀਂ ਦੇ ਰਹੇ, ਤਾਂ ਜ਼ਖਮ ਬੰਦ ਨਹੀਂ ਹੁੰਦਾ, ਬੰਦ ਕਰ ਦਿਓ। ਤੁਹਾਡੇ ਕੋਲ ਖੋਤੀਆਂ ਦੋ ਨਹੀਂ ਸੀ, ਇੱਕ ਹੌਲੀ ਆ ਯਾਰ, ਜ਼ੁਲਮ ਆਣਾ। ਇਹਤੇ ਕੋਈ ਮਿਹਰਬਾਨੀ ਕਰੋ, ਜਾਂ ਇਹਦੇ ਜ਼ਖਮਾਂ ਦੇ ਕੋਈ ਸ਼ੈਸ਼ੂ ਲਾਇਆ ਕਰੋ ਅਤੇ ਜਾਂ ਫਿਰ ਇਹਨੂੰ ਬੰਦ ਕਰ ਦਿਓ। ਚਲੋ ਲਓ ਜੀ, ਖੋਤੀ ਜੋਲੀ ਆ, ਬਹੁ ਨੇ ਇਹਨੂੰ ਕੱਢਦਾ ਵਾ ਬਾਹਰ। ਇਹ ਰੇੜੀ ਜੋ ਕੇ ਨਿਕਲਣਾ ਕਿ ਕੋਈ ਹੋਰ ਕੰਮ ਆ, ਹੈ ਬਹੁ? ਬਸ ਟੋਲ ਨਹੀਂ, ਰੇੜੀ ਪਿੰਡ ਖੜਨੀ ਆ ਤੇ ਮੈਂ ਐਵੇਂ ਡੀਕੀ ਜਾਂਦਾ, ਮੈਂ ਮੋਟਰਸਾਈਕਲ ਖੜਾ ਕਰੇ ਖੜਾ, ਮੈਂ ਕਿਹਾ ਜਾਣਾ ਵਾ। ਲਓ ਗੱਲ ਹੀ ਮੁੱਕ ਗਈ, ਬਹੁ ਨੇ ਚੱਲ ਜਾਣਾ ਰੇੜੀ ਤੇ ਮੈਂ ਜਾਣਾ ਮੋਟਰਸਾਈਕਲ ਤੇ, ਤੇ ਬਸ ਫਿਰ ਅਸੀਂ ਨਿਕਲਦੇ ਹਾਂ। ਅੱਜ ਦੀ ਵੀਡੀਓ ਲਿਆਦਾ ਫਿਰ ਮੈਂ ਇੱਥੇ ਹੀ ਖਤਮ ਕਰ ਰਿਹਾ ਵਾਂ। ਅਗਰ ਵੀਡੀਓ ਚੰਗੀ ਲੱਗੀ ਆ ਤਾਂ ਇਹਨੂੰ ਲਾਈਕ ਕਮੈਂਟ ਕਰਕੇ ਸ਼ੇਅਰ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਆਪਣਾ ਬਹੁਤ ਸਾਰਾ ਖਿਆਲ ਰੱਖਿਓ, ਮੈਨੂੰ ਦਿਓ ਇਜਾਜ਼ਤ, ਅੱਲਾ ਹਾਫਿਜ਼। ਚੜ੍ਹਾ ਦੇਣੀ ਆ, ਬਹੁ ਕਹਿੰਦਾ ਅੱਲਾ ਹਾਫਿਜ਼, ਬਹੁ ਕਹਿੰਦਾ ਨੈੱਟ ਚੜ੍ਹਾ ਦੇਣੀ, ਮੈਂ ਕਿਹਾ ਬਸ ਚੜ੍ਹਾ ਦੇਣੀ ਆਪਾਂ ਜਾਂਦੇ ਹਾਂ। ਨੈੱਟ ਤੇ ਬਹੁ ਕਹਿੰਦਾ ਉਹ ਚੜ੍ਹਾਈ ਜਿਹੜੀ ਪੂਰੀ ਦੁਨੀਆਂ 'ਚ ਜਾਏ, ਚੜ੍ਹਾਈ ਤਾਂ ਵੈਸੇ ਦੁਨੀਆਂ 'ਚ ਜਾਣ ਵਾਸਤੇ ਆ, ਪਰ ਜਾਂਦੀ ਨਹੀਂ ਪਈ ਦੁਨੀਆਂ 'ਚ, ਹੈਂ ਇਹ ਹੁਣ ਮਰਜ਼ੀ ਹੈ ਨਾ ਉਹਨਾਂ ਦੀ, ਭੇਜੋ ਇਹਨੂੰ ਕਿਤੇ ਦੁਨੀਆਂ 'ਚ। ਵੇਖ ਲਓ ਬਹੁ ਨੇ ਇਤਰਾਜ਼ ਕਰ ਛੱਡਿਆ, ਕਹਿੰਦਾ ਤੂੰ ਮੇਰੀਆਂ ਬੜੀਆਂ ਜਿਹੀਆਂ ਵੀਡੀਓ ਬਣਾਈਆਂ ਵਾ ਪਰ ਕੋਈ ਦੁਨੀਆਂ 'ਚ ਗਈ ਨਹੀਂ, ਪਤਾ ਨਹੀਂ ਲੱਗਾ ਬਹੁ ਦਾ ਹਜੇ ਤੱਕ ਲੋਕਾਂ ਨੂੰ। ਚੱਲ ਬਹੁ, ਵੈਸੇ ਪਿੰਡ ਪੂਰੇ 'ਚ ਪਤਾ ਲੱਗ ਗਿਆ ਵਾ, ਪਿੰਡ ਵੀਡੀਓ ਮੇਰੀਆਂ ਵੇਖਦੇ ਨੇ ਸਾਰੇ ਹੀ ਬੰਦੇ। ਲੋਕਾਂ ਨੂੰ ਪਤਾ ਵਾ ਬਹੁ ਹੈ ਵਾ, ਆਹ ਬਹੁ ਆ, ਲੋਕਾਂ ਨੂੰ ਪਤਾ ਵਾ ਬਹੁ ਹੈ ਦੁਨੀਆਂ ਦੇ। ਚੰਗਾ ਯਾਰ, ਅੱਲਾ ਹਾਫਿਜ਼ ਫਿਰ।